ਤੁਸੀਂ ਫਿਰ ਖੁੱਲ ਕੇ ਕਹਿ ਦਿਓ ਮੈਨੂੰ ਲੱਗਦਾ ਬਸ ਸਾਹਿਬ ਵੀ ਜਿਹੜੀ ਗੱਲ ਸੁਣਨਾ ਚਾਹੁੰਦੇ ਤੇ ਤੁਸੀਂ ਕਹਿਣਾ ਚਾਹੁੰਦੇ ਤੁਸੀਂ ਤੁਸੀਂ ਖੁੱਲ ਕੇ ਦੱਸੋ ਨਾ ਖੁੱਲ ਕੇ ਸਿਆਪਾ ਕਰੋ ਆਪ ਜਿਹੜੀ ਗੱਲ ਦਾ ਕਿਸ ਕਰਨਾ ਔਰ ਗੱਲ ਨੂੰ ਖਤਮ ਕਰੋ ਵਿੱਚੋਂ ਗੱਲ ਕੀ ਹੈ ਤੁਹਾਡੀ ਇਹ ਆਸਨ ਮੇਰਾ ਮਿਲ ਕੇ ਰਹਿ ਰਹੀ ਹੈ ਹਾਂ ਇੱਥੇ ਜਿਨਾ ਹੈ ਇੱਥੇ ਜਿਨਾ ਮਿਲ ਕੇ ਰਹਿ ਰਹੀ ਹੈ ਓ ਮਾਈ ਗੋਡ ਕਮ ਔਨ ਬੇਬੀ ਤਾਂ ਤਾਂ ਆਉਣ ਨੰਦਾ ਯਾਰ ਇਹ ਆਪਣੀ ਭਤੀਜੀ ਨਾਲ ਗਲਤ ਰਿਲੇਸ਼ਨ ਹੈ ਇਹਦੇ ਹਾਂ ਤਾਂ ਇਹ ਠੀਕ ਨਹੀਂ ਬਾਤੀ ਇਹਨੂੰ ਕੋਠੀ ਲੱਗ ਰਹੀ ਸੀ ਨਹੀਂ ਜੀ सारी रात रोंदे रहे मरिया कोई नहीं मैं सवेर तो लेके शाम तक घंटा हो गया बार 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 बरलाप कर रहा है कि मैं दस 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 तू हो गया ओ माय गॉड बगानी बगानी कि मैंने कोठी कौन पाक दे रही है कोठी पाक दे रखी है बहादुर सिंह है तुसी थोड़े से दोष ने कि तुसी अपनी भतीजे नाल रिलेशन बनाए हुए ने अच्छा भगौड़ा करा रहे हैं मतलब भगौड़ा करा दिता गया जगशीर सिंह पैसा समझौता करना चाहते किन्ने पैसे में चाहते हो समझौता नहीं करते जमीन है थोड़े मुताबिक जमीन है जी तो आपकी मां ने ना कर रखी है बसीयत बठिंडे स्टेशन एप्लीकेशन ला रखी है घर सभी की ਕਿਨਾਂ ਨੇ ਹੇਰਾਫੇਰੀ ਕੀਤੀ ਹੈ ਹੇਰਾਫੇਰੀ ਕਰਕੇ ਜ਼ਮੀਨ ਮਾਲ ਲਾਤੀ ਆ ਅਤੇ ਇਹਨੇ ਇਹ ਡਿਕਲੇਅਰ ਕਰਤਾ ਕਿ ਇਹਦੇ ਨੰਬਰਦਾਰ ਜਿਹੜੇ ਨੰਬਰਦਾਰ ਤਸਦੀਕ ਕਰ ਰਹੇ ਨੰਬਰਦਾਰ ਵੀ ਮੇਰਾ ਮੌਕੇ ਤੇ ਉਸ ਟਾਈਮ ਸੀਗਾ ਤੇ ਨੰਬਰਦਾਰ ਤੇ ਮੁਕਦਮਾ ਚੱਲੂਗਾ ਇਹ ਸਾਰੇ ਫਰਾਰੀ ਕੰਮ ਸੀਗਾ ਇੱਕ ਮਿੰਟ ਹੋਰ ਜਗਸੀਰ ਸਿੰਘ ਹੈ ਤੁਹਾਡੇ ਚਾਚਾ ਸਾਰਾ ਲਾਈਨ ਤੇ ਨੇ ਸਾਹਿਬ ਬਹਾਦਰ ਸਿੰਘ ਤੁਸੀਂ ਇਸ ਉਮਰ ਦੇ ਵਿੱਚ ਆਣ ਕੇ ਤੁਹਾਡੀ 47 ਸਾਲ ਦੀ ਉਮਰ ਹੈ और चाचे ने बड़ा दुख है अपनी भतीजी का तुम कानून के धजे अड़ा रहे हो तुम भगौड़ा करा रहे हो 1.5 लाख रुपये देकर अगे बच के आए हो तुम कानून को क्यों नहीं फॉलो करते जिस मदद किए कर सकते हैं चलो देख लो नहीं नहीं मर्जी नहीं सर मैं जान नहीं लेना मैं दसो तुम मैंने वादा करो कि तुम बनती जी कानूनी कार्रवाई और मुताबिक साथ दोगे अदालत का तो तुम फिर चैनल से आ के दूजे दोष लाने ठीक नहीं है तुम वाइफ कुटमार कर रहे जिस करके घरों गई है मतलब अपनी रोटी पकाने की खातिर अपनी मतलब भतीजी का घर इन्हें उजाड़िया कहना चाहते हो किवें हो सकता जगशीर सिंह कोई भी ऐसा चाचा नहीं होगी जिंदगी जी अपनी भतीजी का घर वास्ता जरा है उजाड़ के अपने घर भतीजी ले आए कि हो सकता है तू कि साबित कर सकता मैं बार मैं सरपंचा गल करा जो समझौते गए थे समझौता करके मुकर रहे हैं हर बड़े समझौता करके मुकर रहे हैं नहीं नहीं चाचे का की रोल है बच्चे चाचे की चाची है नहीं गई चाचे का बच्चा नहीं गया चाचा कला है और अपने भरा के नाल सहमत है थोड़ी वाइफ जी है वह अपने मां पिता रही है नहीं नहीं कोई सहमति नहीं आके कद मर्जी पता कर लो सरपंच बहादुर सिंह जी लड़की है अपनी मनप्रीत कौर है दोष ला रहा कि चाचा अपनी रोटी बनाने की खातर मेरे घर उजाड़ के अपनी अपने बहादुर सिंह जी थोड़ा फिर रौला की है भतीजी तुम फसाने क्यों नहीं घर मेरा कोई रौला नहीं नहीं अबोर्शन एक बच्चा एक बच्चे जन्म दिता दोबारा बच्चे का अबोर्शन कद करवाना चाहिए कि लड़की करके लड़की करके अच्छा फिर दूजा बच्चा भी टेस्ट करा लिया कि प्रेगनेंसी बच्चे के लड़की है जिस करके अबोर्शन कराया इन्होंने ये चाहते मुंडा हो आई सी
ਉਸਦੇ ਨਾਲ ਉਹ ਮੈਂ ਕਹਿੰਦੀ ਮੈਂ ਇੱਥੇ ਆਪਰੇਸ਼ਨ ਨਹੀਂ ਕਰਾਂਗੀ ਮੈਂ ਖਰਸੇ ਕਰਾਉਂਗੀ ਉਹ ਖਰਸੇ ਇੱਥੇ ਕਰਿਆ ਜੀ ਘਰੋਂ ਖਰਸੇ ਡਾਕਟਰ ਨੂੰ ਦਿਖਾਇਆ ਉਹ ਕਹਿੰਦਾ ਵੀ ਇਹਦੀ ਆਪਰੇਸ਼ਨ ਕਰਨ ਦੀ ਲੋੜ ਨਹੀਂ ਰਖਾਈ ਅਸੀਂ ਵੈਸੇ ਖਤਮ ਕਰ ਦਿਆਂਗੇ ਤੇ ਤੁਹਾਡੇ ਲੜਾਈ ਦੇ ਕਾਰਨ ਅਬੋਰਸ਼ਨ ਹੈ ਮੇਰਾ ਕੋਈ ਲੜਾਈ ਦਾ ਕਾਰਨ ਨਹੀਂ ਮੇਰੇ ਕੋਲ ਕੋਈ ਮਤਲਬ ਹੀ ਨਹੀਂ ਇਹਨਾਂ ਦੇ ਨਾਲ ਪਹਿਲਾਂ ਤਾਂ ਨਹੀਂ ਸੀ ਮੇਰਾ ਇਹ ਅੱਡੋ ਅੱਡੀ ਅੱਡੋ ਅੱਡੀਆਂ ਸੀ ਭਰਾ ਭਰਾ ਜਗਸੀਰ ਸਿੰਘ ਤੁਸੀਂ ਮੈਨੂੰ ਦੱਸੋ ਕਿ ਤੁਸੀਂ ਅਬੋਰਸ਼ਨ ਆਪਣੀ ਵਾਈਫ ਦਾ ਕਿੰਨੀ ਵਾਰੀ ਕਰਾਇਆ ਹੈ ਕਿ ਲੜਕੀ ਨਹੀਂ ਨਹੀਂ ਸਰ ਇੱਕ ਵਾਰੀ ਵੀ ਨਹੀਂ ਇੱਕ ਵਾਰੀ ਵੀ ਕਿਵੇਂ ਹੋ ਸਕਦਾ ਜੀ ਨਹੀਂ ਸਰ ਝੂਠ ਬੋਲੀ ਜਾਂਦਾ ਹੈ ਚਲੀ ਸੋਰ ਸੌੜੀ ਆਈ ਇਹਨੇ ਫਿਰ ਟੈਸਟ ਕਰਾ ਲਿਆ ਨਹੀਂ ਤੁਸੀਂ ਅਬੋਰਸ਼ਨ ਕਰਾਉਣ ਦੇ ਵਾਸਤੇ ਕਿਸ ਡਾਕਟਰ ਨੂੰ ਚੈੱਕਅਪ ਕਰਾਇਆ ਤੁਹਾਡੀ ਵਾਈਫ ਪ੍ਰੈਗਨੈਂਟ ਸੀ ਨਹੀਂ ਸਰ ਸਰ ਕੁਝ ਨਹੀਂ ਕਰਾਇਆ ਜੀ ਨਹੀਂ ਤੁਹਾਡਾ ਪਹਿਲਾ ਬੱਚਾ ਵਿਆਹ ਤੋਂ ਬਾਅਦ ਕਿੰਨੇ ਸਮੇਂ ਬਾਅਦ ਹੋਇਆ ठीक है फिर की होया ਫਿਰ ਇਹਨੇ ਫਰਸੀ ਉੱਤੇ ਕਿੰਨਾ ਚਿਰ ਰੱਖੀ ਜੀ ਫਿਰ ਕੀ ਹੋਇਆ ਇਹਨੇ ਮੈਂ ਇੱਥੇ ਦਵਾਈ ਇੱਥੇ ਫਰਾਨੇ ਡਾਕਟਰ ਤੋਂ ਲੈਣੀ ਉੱਥੋਂ ਲੈ ਗਿਆ ਮੈਂ ਆਪਾਂ ਪੇਮੈਂਟ ਭੇਜੀ ਜਾਂਦਾ ਜੀ ਹਾਂ ਮੈਂ ਸਮਝ ਗਿਆ ਦੁਬਾਰਾ ਫਿਰ ਕੀ ਹੋਇਆ ਕੀ ਖੀਰ ਵਿੱਚ ਬਸ ਕੋਈ ਨਹੀਂ ਫਿਰ ਤੋਂ ਦੁਬਾਰਾ ਤੇ ਨੰਬਰ ਰੌਲਾ ਹੀ ਪਾ ਲਿਆ ਜੀ ਨਹੀਂ ਚਾਚੇ ਦਾ ਕੀ ਇਸ ਕੰਮ ਦੇ ਵਿੱਚ ਰੌਲਾ ਗਦੌਲਾ ਜਿਹੜਾ ਹੈ ਚਾਚੇ ਦਾ ਰੋਲ ਕੀ ਹੈ ਮੈਨੂੰ ਦੱਸੋ ਮੈਨੂੰ ਕੁਝ ਸ਼ੱਕੀ ਲੱਗਦਾ ਹੈ ਕੋਈ ਚੀਜ਼ ਤੁਸੀਂ ਲੁਕੋ ਰਹੇ ਹੋ ਸਰ ਚਾਚਾ ਜਿਹੜਾ ਦਾ ਦੰਦਵਾ ਸਾਹਿਬ ਦੀ ਸੌਂਹ ਖਾ ਕੇ ਮੁੱਕਰ ਗਿਆ ਇਹ ਕਿਹੜੀ ਗੱਲ ਦੀ ਸੌਂਹ ਖਾਧੀ ਸੀ ਕਹਿੰਦਾ ਮੈਂ ਤੋੜ ਦਿੰਦਾਗਾ ਤੇ ਮੁੜ ਕੇ ਉੱਥੇ ਪੰਚਾਇਤ ਵਿੱਚ ਸੀ ਮੇਰੇ ਪਿੰਡ ਦੇ ਸਰਪੰਚ ਸੀ ਇਹਦੇ ਪਿੰਡ ਦੀ ਪੰਚਾਇਤ ਸੀ ਗੁਰਦੁਆਰਾ ਚੁਗੰਦਾ ਸੀ ਕਿਹੜੇ ਪਿੰਡ ਦਾ ਸੀ ਉਹ ਪਤਾ ਨੀ ਮੇਰੇ ਧਿਆਨ ਚ ਨਹੀਂ ਨਾਲ ਉਹ ਕਹਿੰਦੇ ਇੱਥੇ ਅਸੀਂ ਨੀ ਤੋੜ ਨੀਗੇ ਸਰ ਮਾਂ ਕਹਿੰਦੇ ਅਸੀਂ ਦਰਬਾਰ ਸਾਹਿਬ ਦੇ ਅੰਦਰ ਬੈਠੇ ਸੀਗੇ ਨਹੀਂ ਮੈਨੂੰ ਇਹ ਦੱਸੋ ਕਿ ਜਿਹੜੀ ਤੁਹਾਡੀ ਜਿਹੜੀ ਤੁਹਾਡੀ ਵਾਈਫ ਹੈ ਤੁਹਾਡਾ ਲਾਮਾ ਲਿੰਗਾ ਆ ਉਹ ਕਿਉਂ ਨਹੀਂ ਆਉਣਾ ਚਾਹੁੰਦੀ ਤੁਹਾਡੇ ਕੋਲ ਪ੍ਰੋਬਲਮ ਤਾਂ ਇਹ ਆ ਚਾਚੇ ਨੂੰ ਕਰੋ ਦਫਾ ਆਉਣ ਇਹ ਆਉਣ ਮੁੰਡੇ ਨਹੀਂ ਆਈ ਨਹੀਂ ਇਹਨੂੰ ਇਹ ਪਾਸੇ ਤੇ ਸਾਰਾ ਕੁਝ ਗੱਲ ਹੋ ਜੀ ਇਹ ਕਦਰ ਇਹਨੂੰ ਕੀ ਫਾਇਦਾ ਆ ਆਪਣੀ ਭਤੀਜੀ ਦਾ ਘਰ ਆ ਜਾਣ ਦਾ ਸਾਰਾ ਦੋ ਸਭ ਤਿੰਨ ਵਾਰ ਪੰਚਾਇਤ ਉਹ ਸੁਣਿਆ ਹੋ ਗਿਆ ਇਹ ਕਹਿੰਦੇ ਫਲਾਨੇ ਦਿਨ ਬੁੱਧਵਾਰ ਨੂੰ ਲੈ ਗਏ ਸੀ ਬੁੱਧਵਾਰ ਨੂੰ ਫੋਨ ਕੀਤਾ ਨੂੰ ਕਹਿੰਦੇ ਮੈਂ ਨੀ ਤੋੜ ਦਿੰਦਾ ਆਇਆ ਨੂੰ ਪੰਚਾਇਤ ਨੂੰ ਕਹਿੰਦਾ ਜਗਸੀਰ ਸਿੰਘ ਬਹਾਦਰ ਸਿੰਘ ਨੂੰ ਆਪਣੀ ਭਤੀਜੀ ਦਾ ਘਰ ਆ ਜਾਣ ਦੇ ਵਿੱਚ ਕੀ ਫਾਇਦਾ ਕੀ ਹੈ ਮੈਨੂੰ ਦੱਸ ਪਹਿਲਾਂ ਕੀ ਫਾਇਦਾ ਇਹਨੂੰ ਹੁਣ ਕੀ ਕਹਿ ਸਕਦੇ ਹਾਂ ਤੁਸੀਂ ਦੋਸ਼ ਕਦੋਂ ਲਾ ਲਏ ਚਾਚੇ ਤੇ ਚਾਚਕ ਸਿਆਣਾ ਬਿਆਣਾ ਆਦਮੀ ਆ ਸਰ ਬਸ ਨਹੀਂ ਹੁੰਦਾ ਇਹ ਹਾਂਜੀ ਬਸਰੀ ਕਾਹੀ ਨਹੀਂ ਇਹ ਬਸ ਹੁੰਦਾ ਗਾ ਨਹੀਂ ਬਸ ਨਾ ਤੇਰੇ ਭਰਾ ਨਾ ਤੇਰੇ ਭਰਾ ਹੁਣ ਬੱਚੀ ਤੇ ਨਾ ਇਹਦੇ ਮਾਂ ਦੇ ਨਾ ਪਿਓ ਹੁੰਦੇ ਇਕੱਲਾ ਹੀ ਭੱਜਿਆ ਫਿਰਦਾ ਮਾਂ ਪੇੜ ਸੱਸਰੋ ਤੇਰੇ ਨਾਲ ਆ ਤੇ ਨਾ ਤਾਂ ਮੈਨੂੰ ਉਸ ਕਹਿੰਦੇ ਨਾ ਇੰਨੀ ਕੁਛ ਕਹਿੰਦੇ ਹੈਗੇ ਤੇ ਭਰਾ ਇਹਦੇ ਨਸ਼ੇੜੀ ਆ ਜਮਾ ਪੱਕੇ ਛਰੇ ਦੇ ਮਤਲਬ ਇਹਦੇ ਉਹਨਾਂ ਨੂੰ ਘਰੇ ਨਹੀਂ ਬਣ ਹੁੰਦਾ ਇਹਦਾ ਰੌਲਾ ਕੀ ਆ ਮਤਲਬ ਇਹ ਕਿਉਂ ਆਪਣੀ ਭਤੀਜੀ ਨੂੰ ਆਪਣੇ ਕੋਲ ਰੱਖਦਾ ਆ ਇਹ ਕੀ ਪਤਾ ਨਾ ਦੇ ਨੇ ਨਾ ਤੇ ਇਹਦੇ ਬਾਅਦ ਭਤੀਜੇ ਕਿਉਂ ਦਿੱਤੇ ਜੀ ਹਾਂ ਕੋਈ ਛੜੇ ਰੱਖ ਰੱਖਿਆ ਨਾ ਕੋਈ ਦੇਰੇ ਰਹਿੰਦਾ ਕੋਈ ਕਿਤੇ ਰਹਿੰਦਾ ਗਾ ਐਂਸਰ ਫਿਰ ਤੇ ਉਹ ਤੇ ਉਹਨੇ ਘਰੇ ਬੰਦ ਉਹ ਗੁਰਦੁਆਰੇ ਰਹਿੰਦਾ ਗਾ ਕੋਈ ਗੋਡੇ ਡੋੜੇ ਲੱਤੋਂ ਪਾਜ ਨਹੀਂ ਕੋਈ ਨਹੀਂ ਬਾਈ ਨਹੀਂ ਇਹ ਹੁਣ ਜਿਹੜੇ ਚਾਚਾ ਆ ਇਹ ਪੂਰਾ ਘੋੜੇ ਵਰਗਾ ਨੱਠਾ ਭੱਜਾ ਫਿਰਦਾ ਹਾਂ ਪੂਰਾ ਪੂਰਾ ਕਿੰਨੀ ਉਮਰ ਹੈ ਇਹਦੇ ਚਾਚੇ ਦੀ ਇਹ ਹੋ ਗਿਆ 70 ਸਾਲ ਦਾ 70 ਸਾਲ ਦਾ ਇਹ ਬਜ਼ੁਰਗ ਕਿੱਥੇ ਘੋੜੇ ਵਾਂਗ ਫਿਰਦਾ ਹੋਗਾ ਜੇ ਤੁਸੀਂ ਦੇਖ ਰਹੇ ਨਾ ਤੁਸੀਂ ਕਮਾਲ ਮੰਨ ਜਾਓਗੇ ਜੇ ਇਹਨਾਂ ਬੰਦਾ ਤੇਜ ਹੈਗਾ ਇਹ ਭਾਈ ਦਾ ਨਹੀਂ ਕੋਈ ਚੱਕਰ ਤਾਂ ਨਹੀਂ ਗਿਆ ਤੁਸੀਂ ਮੈਨੂੰ ਦੱਸੋ ਕੋਈ ਚੱਕਰ ਕਿਹੜਾ ਐਸਾ ਜਿਹੜਾ ਤੁਸੀਂ ਲੁਕੋ ਰਹੇ ਹੋ ਨਹੀਂ ਨਹੀਂ ਚੱਕਰ ਕੋਈ ਸਰ ਤੁਸੀਂ ਕਹਿੰਦੇ ਹੋ ਕਿ ਜੋ ਮੇਰੇ ਸਾਲੇ ਆ ਉਹਨਾਂ ਨੇ ਵਿਆਹ ਨਹੀਂ ਹੋਣ ਦਿੱਤੇ ਉਹ ਨਸ਼ਾ ਕਰਦੇ ਨੇ ਉਹ ਘਰ ਨਹੀਂ ਰਹਿੰਦੇ ਸੋਹਰਾ ਜਿਹੜਾ ਆ ਉਹ ਘਰ ਨਹੀਂ ਰਹਿੰਦਾ ਉਹ ਗੁਰਦੁਆਰੇ ਰਹਿੰਦਾ ਆ ਸੱਸ ਕੱਲੀ ਰਹਿੰਦੀ ਆ ਹਾਂ ਇਹ ਸਾਰੇ ਇਕੱਲਾ ਇਹੀ ਪ੍ਰਧਾਨ ਬਣਿਆ ਉੱਥੇ ਘਰੇ ਤੇ ਜ਼ਮੀਨ ਕਿੰਨੀ ਇਹਨਾਂ ਦੀ ਸਾਰਿਆਂ ਦੀ ਤੁਹਾਡੇ ਸਾਰੇ ਪਰਿਵਾਰ ਦੀ ਜ਼ਮੀਨ ਕਿੰਨੀ ਆ 3-4 ਕਿੱਲੇ ਬਣ ਹੋਏ ਨਾ ਕੋਈ 3-4 ਕਿੱਲੇ 2 ਕਿੱਲੇ ਤੇਰੇ ਚਾਚੇ ਕੋਲ ਤੇ 2 ਤੇਰੇ ਸਾਰੇ ਕੋਲ ਹਾਂ ਬਈ ਨਗਵਾ ਨਹੀਂ ਹੋਵੇ ਇਕੱਠੀ ਜ਼ਮੀਨ ਇੱਕੋ ਘਰ ਵਿੱਚ ਰਹਿੰਦੇ ਨੇ ਜਾਂ ਇਕੱਲੇ ਰਹਿੰਦੇ ਨੇ ਨਹੀਂ ਨਹੀਂ ਅੱਧੇ ਰਹਿੰਦੇ ਘਰ ਕਿੰਨੀ ਕਿੰਨੀ ਦੂਰ ਹੈ ਘਰ ਬਸ ਥੋੜੀ ਬਾਰ ਦੀ ਨਾ ਆਪਾਂ ਕੰਧ ਸੰਨ ਨੂੰ ਲਈ ਆਈ ਤੇ ਤੁਹਾਡੀ ਘਰ ਵਾਲੀ ਜਿਹੜੀ ਹੈ ਚਾਚੇ ਦੇ ਘਰ ਸੰਦੀ ਆ ਚਾਚੇ ਦੇ ਘਰ ਰਹਿੰਦੀ ਹੈ ਹਾਂ ਤੇ ਉਹਦੇ ਰੋਟੀਆਂ ਬਣਾਉਂਦੀ ਆ ਤੇ ਲੁੱਕ ਆਫਟਰ ਕਰਦੀ ਆ ਹਾਂ ਰੋਟੀ ਹਾਂਜੀ ਤੇ ਉਹ ਆਪਣੀ ਮਾਂ ਦੇ ਕਹਿਣੇ ਵਿੱਚ ਕਿਉਂ ਨਹੀਂ ਗਈ ਮਾਂ ਦੀ ਗੱਲ ਕਿਉਂ ਨਹੀਂ ਸੁਣਦੀ ਨਾ ਤਾਂ ਮਾਂ ਜਿਹੜੇ ਉਂਗਲੀ ਇਹ ਨਹੀਂ ਸਪੈਡੀ ਪਈ ਬੈਠਾ ਇਹ ਨਾ ਕਿਹਦਾ ਵਰਤਨ ਦਾ ਹੋਏ ਕੀ ਤੁਹਾਨੂੰ ਤੁਹਾਡੇ ਪਿੰਡ ਦੇ ਲੋਕ ਦੱਸਣਗੇ ਕੋਈ ਨਾ ਕੋਈ ਕਾਰਨ ਜ਼ਰੂਰ ਹੋਊਗਾ ਜਿਸ ਕਰਕੇ ਚਾਚੇ ਸਮਝ ਆਦੀ ਆਪਣੇ ਬਹਾਦਰ ਸਿੰਘ ਹੈ ਤੁਸੀਂ ਦੱਸੋ ਕਿ ਕਾਰਨ ਕੀ ਹੈ ਕਿ ਤੁਸੀਂ ਭਤੀਜੀ ਦਾ ਘਰ ਬਸ ਨਹੀਂ ਕਿਉਂ ਦਿੰਦੇ
ਬਹਾਦਰ ਸਿੰਘ ਜੀ ਮੈਂ ਤੁਹਾਨੂੰ ਪੁੱਛ ਰਿਹਾ ਕਿ ਕਾਰਨ ਕੀ ਹੈ ਇਹਦੇ ਵਿੱਚ? ਗੱਲ ਕੀ ਹੈ ਇਹਨਾਂ ਦਾ ਆਪਸੀ ਰੌਲਾ ਹੈ ਤੇ ਮੇਰੇ ਤਾਂ ਕੋਈ ਲਾਗਾ ਬੇਗਾ ਨਹੀਂ ਹੈ ਇਸ ਕੰਮ 'ਚ, ਕਿਸੇ ਪਿੰਡ 'ਚ ਕੋਈ ਬੰਦਾ ਇਹਦੇ ਵੀ ਇਸਦਾ ਕੋਈ ਵੀ 1% ਵੀ ਆਹ ਗਾਲਾ ਜ਼ਰੂਰ ਮੈਨੂੰ ਦਿੰਦਾ ਆ ਕਿਉਂਕਿ ਭਾਈ ਹੈ ਹੀ ਇਸ ਲਾਇਕ। ਨਹੀਂ ਨਹੀਂ ਇੱਕ ਕੁੜੀ ਨੂੰ ਕੁੜਦਾ ਮਾਰਦਾ ਆ ਬਿਲਕੁਲ, ਇਹ ਸ਼ਾਬੀ ਕੁਆਬੀ ਆ ਰੌਲਾ ਜੀ। ਇਹ ਮੈਂ ਤੁਹਾਨੂੰ ਗੱਲ ਦੱਸ ਰਿਹਾ, ਹਾਂ ਬਠਿੰਡ ਸਰਥੇ ਗੱਲ ਹੋ ਗਈ ਸੀ, ਅਸੀਂ ਇਹਨੂੰ ਅਸਰ ਨਹੀਂ ਚੱਲ ਕੁੜੀ ਦੇ ਵਿਆਹ ਵਾਸਤੇ, ਤੂੰ ਆਹ ਕਰ ਕੁੜੀ ਦੇ ਨਾਲ ਦਾ ਜਿਹੜਾ ਜ਼ਮੀਨ ਲਵਾ ਲਈ ਠੀਕ ਹੈ, ਆਪਦੀ ਕੁੜੀ ਦੇ ਨਾਲ ਤੂੰ ਸਾਡੀ ਕੁੜੀ ਦੇ ਨਹੀਂ ਲਵਾਉਣੇ, ਆਪਦੀ ਕੁੜੀ ਦੇ ਨਾਲ ਲਵਾ ਦੇ ਜੀ ਜੀ। ਅਸੀਂ ਕਿੰਨੇ ਦਾ ਇੱਥੇ ਦੇ ਦਿੰਦੇ ਵੀ ਅੱਧਾ ਕਿਲੋ ਲਵਾ ਦਾਂਗੇ ਇਹਨਾਂ ਦੀ ਪੰਚਾਇਤ ਕਹਿੰਦੀ, ਅਸੀਂ ਤਾਂ ਚਲੋ ਅੱਧਾ ਕਿਲੋ ਹੀ ਲਵਾ ਦੇ ਤੁਸੀਂ, ਉਸ ਤੋਂ ਮਗਰ ਮੁੱਕਰ ਦੇ ਅੱਧੇ ਕਿਲੋ ਕਰਨ ਜਾ ਕੇ। ਨਹੀਂ ਤੁਸੀਂ ਕੁੜੀ ਦੇ ਨਾਂ ਜ਼ਮੀਨ ਕਿਉਂ ਲੈਣੀ ਚਾਹੁੰਦੇ ਹੋ, ਔਰ ਤੁਸੀਂ ਜਿਹੜੀ ਜ਼ਮੀਨ ਹੈ ਆਪਣੀ ਜਿਹੜੀ ਭਤੀਜੀ ਉਹਦੇ ਨਾਲ ਕਰਾਓ? ਮੈਂ ਤਾਂ ਕੁੜੀ ਨੂੰ ਫੇਰ ਕੰਮ ਕਰਨ, ਕੁੜੀ ਦੇ ਵਿਆਹ ਤਾਂ ਕਰਦੇ ਹੁੰਦੇ, ਕੁੜੀ ਤੇ ਕੱਲ ਨੂੰ ਜ਼ਮੀਨ ਲੈ ਕੇ ਬੱਚਾ 21 ਸਾਲ ਫਰਾਰ ਹੋ ਸਕਦਾ ਆ। ਹਾਂਜੀ ਬੱਚਾ ਜਿਹੜਾ ਹੈ ਜਦੋਂ 21 ਸਾਲ ਦਾ ਹੋ ਗਿਆ ਕੁੜੀ ਕਲੇਮ ਕਰ ਸਕਦੀ ਮੇਰੀ ਜ਼ਮੀਨ ਹੈ, ਕੁੜੀ ਸੈਲ ਕਰ ਸਕਦੀ ਆ। ਜ਼ਮੀਨ ਜਿਹੜੀ ਆ ਇਹ ਤਾਂ ਮੰਨਦਾ ਆ, ਤੁਸੀਂ ਆਪਣੀ ਭਤੀਜੀ ਦੇ ਨਾਲ ਕਰਾਓ ਕੁਝ ਹਿੱਸਾ ਜ਼ਮੀਨ ਦਾ, ਨੋ ਪ੍ਰੋਬਲਮ, ਪਰ ਤੁਸੀਂ ਗਾਂ ਆਪਣੀ ਦੋਤੀ ਨਾ ਕਿਉਂ ਕਰਾਉਣੀ ਚਾਹੁੰਦੇ ਹੋ? ਆਪਣੀ ਜ਼ਮੀਨ ਜਿਹੜੀ ਇਹਨਾਂ ਨੇ ਜ਼ਮੀਨ ਹੈ ਆਪਣੀ ਦੋਤੀ ਦਿਆ, ਉਹਦੇ ਵਿੱਚ ਹਿੱਸਾ ਜਿਹੜਾ ਆ ਉਹਦੀ ਬਜਾਏ ਤੁਸੀਂ ਆਪਣੀ ਜਿਹੜੀ ਭਤੀਜੀ ਆ ਉਹਦੇ ਨਾਂ ਕਰਾ ਦਿਓ। ਕਹਿੰਦੇ ਸੀਗੇ ਉਸਦੇ ਨਾਂ ਕਰਾਏ, ਅਸੀਂ ਤਾਂ ਚੱਲ ਉਸਦੇ ਨਾਂ ਕਰਾ ਦਿਓ, ਕੋਈ ਗੱਲ ਨੀ। ਪਰ ਤੁਸੀਂ ਚਾਚਾ ਹੋ, ਮੈਨੂੰ ਲੱਗਦਾ ਕੋਈ ਸਾਨੂੰ ਸ਼ੱਕ ਪੈਂਦੀ, ਜਿਹੜੀ ਕਿ ਸ਼ੱਕ ਤੁਹਾਡੇ ਪਿੰਡ ਦੇ ਦੱਸਣ ਵਾਲੇ ਲੋਕ ਦੱਸਣਗੇ, ਤੁਸੀਂ ਆਪਣੇ ਆਪ ਦੱਸੋ ਕਿ ਇਸ ਵਿੱਚ ਜਗਸੀਰ ਸਿੰਘ ਦੇ ਵਿੱਚ ਕਸੂਰ ਕੀ ਆ? ਇਹ ਸ਼ਰਾਬੀ ਆ, ਇਹ ਨਸ਼ੇੜੀ ਆ? ਬਸ ਆਹੀ ਸ਼ਰਾਬੀ ਵੀ ਹੈਗਾ ਤੇ ਗੋਲੀਆਂ ਕੱਪੜਿਆਂ ਦਾ ਵੀ ਮੈਂ ਕੰਮ ਕਰਦਾ, ਕਾਹਦਾ ਕੰਮ ਕਰਦਾ? ਦੁਕਾਨਾਂ ਸਪਲਾਈ ਕਰਦਾ, ਆ ਜਿਹੜੀਆਂ ਗੋਲੀਆਂ ਸਾਹਿਬ ਗੋਲੀਆਂ ਕੱਪੜੇ। ਨਹੀਂ ਇਹ ਮਤਲਬ ਕਿਸੇ ਦੂਜੀ ਬਗਾਨੀ ਕਿਸੇ ਔਰਤ ਤੇ ਨਾ ਰਹਿ ਰਿਹਾ? ਉਹ ਮੈਨੂੰ ਨਹੀਂ ਪਤਾ, ਮੈਂ ਆਖਿਆ ਵੀ ਕਿਸੇ ਨਾਲ ਰਹਿ ਰਿਹਾ ਤੇ ਜਦੋਂ ਮੈਂ ਗਿਆ ਹੀ ਨਹੀਂ, ਮੈਂ ਤਾਂ ਇਹਨਾਂ ਦੇ ਪਿੰਡ ਵੀ ਨਹੀਂ ਗਿਆ, ਇੱਕ ਵਾਰੀ ਗਿਆ ਸਿਰਫ। ਤੁਹਾਡੀ ਭਤੀਜੀ ਨੇ ਕਦੇ ਸ਼ਿਕਾਇਤ ਕੀਤੀ ਹੈ ਕਿ ਮੇਰੇ ਘਰ ਵਾਲਾ ਮੈਨੂੰ ਆਪਣੀ ਪਤਨੀ ਨਹੀਂ ਸਮਝਦਾ ਔਰ ਪੂਰੇ ਸੰਬੰਧ ਠੀਕ ਸੀਗੇ ਇਹਨਾਂ ਦੇ ਹਸਬੈਂਡ ਵਾਈਫ ਦੇ? ਤੁਹਾਡੀ 3-4 ਸਾਲ ਇਹਨਾਂ ਦਾ ਚੱਲਦਾ ਰਿਹਾ, ਰੌਲਾ ਪੈਣ ਤੋਂ ਪਹਿਲਾਂ 3-4 ਸਾਲ ਰੌਲਾ ਪੈਂਦਾ ਰਿਹਾ ਇਹ। ਇਹ ਆ ਕੇ ਉਸ ਟਾਈਮ ਮੇਰੇ ਨਾਲ ਤਾਂ ਕੋਈ ਗੱਲਬਾਤ ਨਹੀਂ ਸੀ ਕਿਉਂਕਿ ਇਹ ਆਪ ਹੀ ਨਿਬੜਦੇ ਰਹੇ ਜਿਵੇਂ ਵੀ ਨਿਬੜੇ। ਤੁਸੀਂ ਫਿਰ ਆਪਣੀ ਭਤੀਜੀ ਨੂੰ ਘਰ ਵਿੱਚ ਕਿਉਂ ਰੱਖਿਆ ਹੋਇਆ? ਮੈਂ ਨਹੀਂ ਰੱਖਿਆ, ਨਾ ਮੇਰੇ ਕੋਲੇ ਆ, ਉਹ ਆਪਦੇ ਪਿਓ ਦੇ ਮਾਂ ਪਿਓ ਕੋਲੇ ਆ। ਮਾਂ ਤਾਂ ਜਿਹੜੀ ਘਰ ਆ, ਪੇ ਜਿਹੜਾ ਗੁਰਦੁਆਰੇ ਰਹਿ ਰਿਹਾ, ਜਿਹੜੇ ਭਰਾ ਨੇ ਉਹ ਨਸ਼ੇੜੀ ਨੇ ਬਾਹਰ ਰਹਿੰਦੇ ਨੇ। ਬਿਨਾਂ ਗੁਰਦੁਆਰੇ ਚਲੇ ਜਾਂਦਾ ਕੋਈ ਬਾਹਰ ਤਾਂ ਨਹੀਂ ਜੇ ਬਿਨਾਂ ਗੁਰਦੁਆਰੇ ਚਲੇ ਜਾਊਗਾ ਤਾਂ। ਜਗਸੀਰ ਸਿੰਘ ਕੀ ਤੁਹਾਡਾ ਸਹੁਰਾ ਸਾਹਿਬ ਜਿਹੜਾ ਆ ਉਹ ਘਰ ਆਉਂਦਾ ਹੀ ਨਹੀਂ ਹੈ? ਨਹੀਂ ਨਹੀਂ ਸ਼ਾਮ ਨੇਰੇ ਨੂੰ ਆਉਂਦਾ, ਸ਼ਾਮ ਨੂੰ ਜੀ, ਸੁਬਹ ਫਿਰ ਪਾ ਜਾਂਦਾ। ਤੇ ਜਿਹੜੇ ਸਾਲੇ ਨੇ ਦੋ ਕਿੱਥੇ ਨੇ? ਉਹਨਾਂ ਦਾ ਪਤਾ ਹੀ ਨਹੀਂ ਕਿੱਥੇ ਰਹਿੰਦੇ, ਜੇ ਚੱਕ ਕੇ ਜੇਲ੍ਹ 'ਚ ਭੇਜ ਦਿੰਦਾ ਉਹਨਾਂ ਨੂੰ, ਉੱਥੋਂ ਛੱਡ ਦਿੰਦੇ ਆ, ਫਿਰ ਕੋਈ ਡੇਰੇ ਡੂਰੇ ਜਿਹੜੇ ਫਿਰਦੇ ਡੇਰੇ 'ਚ ਪਾ ਕੇ ਖੇਤ ਸੁੱਖਾ ਪੀ ਇਹਨਾਂ ਕੋਈ ਕਮਰੇ ਹੋਏ ਫਿਰਦੇ ਹੋਏ ਨੇ। ਉਹ ਵੀ ਇਹ ਚਾਚੇ ਦੇ ਕੰਮ ਹੈ ਸਾਰੇ? ਹਾਂ ਹਾਂ ਇਸੇ ਕੰਮ ਹੈ ਸਾਰੇ। ਇਹਦੇ ਮਤਲਬ ਚਾਚਾ ਜਿਹੜਾ ਆ ਕੋਈ ਕਿਸੇ ਕਿਸਮ ਦੀ ਖੇਡ ਖੇਡ ਰਿਹਾ? ਹਾਂ ਪੂਰੀ ਪੂਰੀ ਖੇਡਦਾ ਹੀ ਪੂਰਾ ਫੁੱਲ। ਤੁਸੀਂ ਦੱਸੋ ਨਾ ਮੈਨੂੰ, ਤੁਸੀਂ ਖੁੱਲ ਕੇ ਦੱਸੋ ਕਿ ਚਾਚਾ ਜਿਹੜਾ ਆ ਕਿਹੋ ਜਿਹੀ ਤਕਦੀਆਂ ਕਰ ਰਿਹਾ? ਨਹੀਂ ਹਰੀ ਨਹੀਂ ਖਾਂਦਾ ਜੀ। ਇਹ ਕੀ ਕਰਦਾ? ਹਰੀਆਂ ਸਬਜ਼ੀਆਂ ਖਾਂਦਾ ਫਿਰ। ਕੀ ਖਾਂਦਾ ਹੈ? ਹਰੀਆਂ ਸਬਜ਼ੀਆਂ ਖਾਂਦਾ ਫਿਰ ਜੀ। ਹਰੀਆਂ ਸਬਜ਼ੀਆਂ ਕੀ ਮਤਲਬ ਮੈਨੂੰ ਸਮਝ ਆ ਰਹੀ ਸਭ ਕੀ ਆ? ਤਾਜ਼ੀਆਂ ਸਬਜ਼ੀਆਂ ਖਾਂਦਾ, ਤਾਜ਼ੀਆਂ ਸਬਜ਼ੀਆਂ ਖਾਂਦਾ ਜੀ। ਤੁਸੀਂ ਫਿਰ ਖੁੱਲ ਕੇ ਕਹਿ ਦਿਓ, ਮੈਨੂੰ ਲੱਗਦਾ ਬਸ ਆ ਵੀ ਜਿਹੜੀ ਗੱਲ ਸੁਣਨਾ ਚਾਹੁੰਦੇ ਤੇ ਤੁਸੀਂ ਕਹਿਣਾ ਚਾਹੁੰਦੇ, ਤੁਸੀਂ ਖੁੱਲ ਕੇ ਦੱਸੋ ਨਾ, ਖੁੱਲ ਕੇ ਸਿਆਪਾ ਕਰੋ ਆਪ ਜਿਹੜੀ ਗੱਲ ਦਾ ਕਿਸੇ ਕਰਨਾ ਔਰ ਗੱਲ ਨੂੰ ਖਤਮ ਕਰੋ, ਵਿੱਚੋਂ ਗੱਲ ਕੀ ਹੈ ਤੁਹਾਡੀ? ਓ ਮਾਈ ਗੋਡ, ਕਮ ਔਨ ਬੇਬੀ, ਇਹ ਆਪਣੀ ਭਤੀਜੀ ਨਾਲ ਗਲਤ ਰਿਲੇਸ਼ਨ ਹੈ ਇਹਦੇ? ਸਾਰੀ ਰਾਤ ਰੋਂਦੇ ਨੇ, ਮਰਿਆ ਕੋਈ ਨੀ, ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਘੰਟਾ ਹੋ ਗਿਆ ਬਾਰ 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 ਬਰਲਾਪ ਕਰ ਰਿਹਾ ਕਿ ਮੈਨੂੰ ਦੱਸ 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 ਤੂੰ ਹੁਣ ਕਿਆ। ਓ ਮਾਈ ਗੋਡ, ਬਹਾਦਰ ਸਿੰਘ ਤੁਸੀਂ, ਤੁਹਾਡੇ ਦੋਸ਼ ਨੇ ਕਿ ਤੁਸੀਂ ਆਪਣੀ ਭਤੀਜੇ ਨਾਲ ਰਿਲੇਸ਼ਨ ਬਣਾਏ ਹੋਏ ਨੇ? ਕੋਈ ਬੰਦੇ ਗੱਲ ਸਾਬਤ ਕਰ ਦੇਵੇ। ਹੋਲਡ ਆਨ ਪਲੀਜ਼, ਸਟਾਪ ਇਟ। ਤੁਹਾਡੇ ਭਤੀਜੇ ਕਿੱਥੇ ਨੇ? ਗੱਲ ਸਾਬਤ ਕਰ ਦੇਵੇ ਮੇਰੇ ਪਿੰਡ ਚੋਂ।
ਤੁਹਾਡਾ ਇਹਨਾਂ ਇੰਟਰਸਟ ਕੀ ਇਸ ਬੱਚੇ ਵੱਲ ਜਰ ਮਾਂ ਹੈਗੀ ਪੇ ਹੈਗੀ ਭਰਾ ਹੈਗੇ ਆ ਤਾਂ ਤੁਸੀਂ ਇਸ ਗੱਲ ਦੇ ਵਿੱਚ ਪਾਰਟਿਸਿਪੇਟ ਕਿਉਂ ਕਰ ਰਹੇ ਹੋ ਤੁਹਾਡੇ ਆਪਣੇ ਕੋਲ ਚੂਚਾ ਨਹੀਂ ਹੈ ਪਿਤਾ ਜੀ ਇਸਦੇ ਪਿਤਾ ਜੀ ਜਿਹੜੇ ਆ ਉਹਨਾਂ ਤੋਂ ਪੈਰਾਂ ਤੇ ਤੁਹਾਨੂੰ ਇੱਥੇ ਟਰਿਆ ਨਹੀਂ ਜਾਂਦਾ ਤਰੀਕ ਤੇ ਨਹੀਂ ਜਾ ਸਕਦੇ ਸਿਰਫ ਮੇਰੇ ਕੰਮ ਨਹੀਂ ਆਉਂਦੇ ਤਰੀਕ ਤੇ ਨਾ ਜਾਣ ਦਾ ਤੁਹਾਡੇ ਭਤੀਜੇ ਕਿੱਥੇ ਆ ਇਸ ਵੇਲੇ ਦੋ ਭਤੀਜੇ ਉਹ ਕਿੱਥੇ ਆ ਇੱਕ ਫੈਕਟਰੀ 'ਚ ਕੰਮ ਕਰਦਾ ਇੱਥੇ ਪੰਜਵਾਂ ਨੂੰ ਉਹ ਤਾਂ ਕਹਿੰਦੇ ਜੇਲ੍ਹ ਵਿੱਚ ਆ ਉਹ ਤਾਂ ਨਸ਼ੇ ਤੇ ਨੇ ਕੋਈ ਜੇਲ੍ਹ 'ਚ ਨਹੀਂ ਦਾ ਜਗਸੀਰ ਸਿੰਘ ਬੋਲੋ ਕਾਊਂਟਰ ਕਰੋ ਤੁਹਾਡੇ ਚਾਚਾ ਕਹਿ ਰਿਹਾ ਕੋਈ ਨਸ਼ਾ ਨਹੀਂ ਕਰਦਾ ਕੰਮ ਕਰਦੇ ਆ ਸੱਚ ਹੈ ਇੱਕ ਡੇਟ ਹੈ ਜੀ ਇੱਕ ਡੇਰੇ 'ਚ ਫਰਦਾ ਸੁੱਖਾ ਪਿੰਦਾ ਸੁਲਫਾ ਪਿੰਦਾ ਜਾਂ ਜਾ ਤੇ ਵਿਆਹ ਹੀ ਨਹੀਂ ਜੇ ਨਾ ਵਿਆਹ ਹੀ ਨਹੀਂ ਕਿੰਨੀ ਉਮਰ ਦੇ ਨੇ ਹੁਣ 40-45 ਬੰਦੇ ਸਾਲ ਦੇ ਓ ਮਾਈ ਗੋਡ ਸੋ ਇਹਦਾ ਮਤਲਬ ਇਹ ਆ ਕਿ ਸਾਰਾ ਜਿਹੜਾ ਕੰਮ ਹੈ ਸਿਆਪੇ ਜੜ ਚਾਚਾ ਆ ਹਾਂ ਚਾਚਾ ਸਿਆਪੇ ਜੜ ਦੇ ਤੁਸੀਂ ਖੁੱਲ ਕੇ ਦੱਸੋ ਮੈਨੂੰ ਕਿ ਚਾਚੇ ਦੇ ਰਿਲੇਸ਼ਨ ਜਿਹੜੇ ਆ ਤੁਹਾਡੀ ਵਾਈਫ ਨਾਲ ਆ ਹਾਂ ਹਾਂ ਜਾਂਦੇ ਇਹ ਕਦੋਂ ਦੇ ਨੇ ਇਹ ਜੰਦਾ ਲੈ ਗਿਆ ਬਾਹਰ ਆਉਣੀ ਮਿੱਤੇ ਨੇ ਨਹੀਂ ਵਿਆਹ ਤਾਂ ਪਹਿਲਾਂ ਨੇ ਨਹੀਂ ਬਾਅਦ ਚ ਬਣਾਏ ਹੋਣੇ ਨੇ ਪਹਿਲਾਂ ਘਰ ਵਿੱਚ ਸੀਗੇ ਬਈ ਉਹ ਘਰ ਵਿੱਚ ਮਰ ਗਏ ਉਹ ਲੈ ਗਿਆ ਇੱਥੋਂ ਪਹਿਲਾਂ ਘਰ ਵਾਲੀ ਜਦੋਂ ਸੀ ਜਿੰਦੀ ਜਦੋਂ ਵਿਆਹ ਹੀ ਨਹੀਂ ਸੀ ਉਦੋਂ ਇਹ ਤੁਹਾਡੇ ਘਰ ਵਾਲੀ ਇਹਦੇ ਨਾਲ ਹੀ ਨਹੀਂ ਸੀਗੀ ਨਹੀਂ ਨਹੀਂ ਉਹ ਮੇਰੇ ਕੋਲ ਜਿਹਦੇ ਘਰ ਵਿੱਚ ਮਰ ਗਈ ਫੇਰ ਲੈ ਗਿਆ ਇਹ ਫਿਰ ਨੇ ਮੈਂ ਤੇ ਕੇਸ ਕਰਾਤਾ ਮਹਿਲਾ ਮੰਡਲ ਕਰਾਤਾ ਬਾਬਾ ਜਦੋਂ ਤੇਰਾ ਵਿਆਹ ਹੋਇਆ ਵਿਆਹ ਤੋਂ ਪਹਿਲਾਂ ਤੇਰੀ ਵਾਈਫ ਉਹ ਤੇਰੇ ਚਾਚੇ ਦੇ ਘਰ ਆਉਣੀ ਜਾਂਦੀ ਸੀ ਫਿਰ ਆਉਂਦੀ ਹੁੰਦੀ ਸੀ ਆਈ ਤੈਨੂੰ ਕੋਈ ਸ਼ੱਕ ਪੈਂਦਾ ਸੀ ਉਸ ਵੇਲੇ ਹੁਣ ਥੋੜੀ ਸ਼ੱਕ ਆਈ ਉਦੋਂ ਸ਼ੱਕ ਪੈਂਦੇ ਸੀ ਤੈਨੂੰ ਉਹ ਨਹੀਂ ਕਹਿੰਦੇ ਹੁਣ ਫੁੱਲ ਸ਼ੱਕ ਆਈ ਉਹ ਤਾਂ ਮੈਂ ਕਿਹਾ ਵੀ ਚਾਚਾ ਦੀ ਯਾਦ ਆ ਕੇ ਘਰੇ ਜਾਂਦੇ ਜਾਂਦੇ ਰਹਿੰਦੇ ਹਰੇਕ ਹੀ ਬੰਦਾ ਗਈ ਨਹੀਂ ਹੁਣ ਕਿਹੜੀ ਗੱਲ ਦੀ ਜ਼ਿਆਦਾ ਸ਼ੱਕ ਪਈ ਆ ਕਿਹੜੀ ਐਸੀ ਸ਼ੱਕ ਹੈ ਮੈਂ ਸਾਂਝੀ ਕਰੋ ਜਲਦੀ ਕਰੋ ਸਰ ਆਉਣ ਦੇ ਹੁੰਦਾ ਹੈ ਜਿਹੜੇ ਦੇ ਵਿੱਚ ਪੰਚਾਇਤ ਜਾਂ ਕਿਤੇ ਕੋਈ ਉਹ ਕਰਦੇ ਆ ਸਮਝੌਤਾ ਕਰਨ ਦੀ ਗੱਲ ਕਰਦੇ ਸਿਰ ਮਾਰਨ ਲੱਗਾ ਮੈਂ ਤੋੜ ਦੀਗੇ ਤੇ ਕੁੜੀ ਜਿਹੜੀ ਕਹਿੰਦੀ ਮੈਂ ਜਾਣਾ ਨਹੀਂ ਚਾਚੇ ਨੂੰ ਛੱਡ ਕੇ ਹਾਂ ਹਾਂ ਓ ਮਾਈ ਗੋਡ ਉਹਦਾ ਬੋਲਣ ਨਹੀਂ ਹੁੰਦਾ ਹੈ ਯਾਰ ਵੀ ਪਹਿਲੀ ਸਿਰ ਮਾਰਦਾ ਹੈ ਪੰਚਾਇਤ ਨੂੰ ਐਨੀਵੇ ਅਸੀਂ ਪਬਲਿਕ ਵੀ ਲੈਣੀ ਚਾਹਾਂਗੇ ਕਿ ਇਹ ਦੇਖ ਲਓ ਇਹ ਹੈ ਸੰਸਾਰ ਸੰਸਾਰ ਦੇ ਵਿੱਚ ਹੁਣ ਦੱਸੋ ਕਿ ਇੱਕ ਚਾਚਾ ਸਕੀ ਭਤੀਜੀ ਦੇ ਨਾਲ ਕਿ ਕਰਮ ਕਰਦਾ ਹੋਊਗਾ ਆਈ ਡੋਟ ਨੋ ਸਾਡੇ ਪਾਸ ਕੋਈ ਪ੍ਰੂਫ ਨਹੀਂ ਹੈ ਇਹ ਕਹਿ ਰਿਹਾ ਹੈ ਆਪਣਾ ਜਗਸੀਰ ਸਿੰਘ ਪਤੀ ਆਪਣੀ ਵਾਈਫ ਦਾ ਸੋ ਇਹ ਇੱਕ ਬੜੀ ਅਜੀਬ ਸਟੋਰੀ ਹੈ ਜੇ ਕੋਈ ਜਾਣਦਾ ਹੈ